ਸਤਿ ਸ਼੍ਰੀ ਅਕਾਲ ਜੀ, ਮੈਂ ਸਿਮਰਨਦੀਪ ਸਿੰਘ ਅਤੇ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਹੈ ਮੇਰੇ ਯੂਟਿਊਬ ਚੈਨਲ 'ਤੇ। ਅਤੇ ਅੱਜ ਇੱਕ ਅਸੀਂ ਯੂਨੀਕ ਵੀਡੀਓ ਤੁਹਾਡੇ ਵਾਸਤੇ ਲੈ ਕੇ ਆ ਰਹੇ ਹਾਂ। ਮੈਰਿਜ ਦਾ ਫੰਕਸ਼ਨ ਚੱਲ ਰਿਹਾ ਹੈ, ਟਾਈ ਦੀ ਅਸੀਂ ਵੀਡੀਓ ਪਾ ਚੁੱਕੇ ਹਾਂ, ਐਸਕਰਟ ਦੀ ਵੀਡੀਓ ਪਾ ਚੁੱਕੇ ਹਾਂ, ਪਰ ਜਿਹੜਾ ਪੋਕਿਟ ਸਕੇਅਰ ਹੈ ਤੁਹਾਡੇ ਸਾਹਮਣੇ ਸ਼ੋਅ ਕੀਤਾ ਹੋਇਆ ਸੀ। ਪੋਕਿਟ ਸਕੇਅਰ ਨੂੰ ਕਿਸ ਤਰੀਕੇ ਨਾਲ ਲਗਾਉਣਾ ਹੈ ਅਸੀਂ ਉਹ ਤੁਹਾਨੂੰ ਦੱਸਾਂਗੇ। ਅਤੇ ਤੁਹਾਡਾ ਕੰਮ ਹੈ ਸਾਡੇ ਚੈਨਲ ਨੂੰ ਵਧਾਉਣਾ, ਸਾਡੇ ਸਬਸਕ੍ਰਾਈਬ ਵਧਾਉਣੇ, ਪਲੱਸ ਬੈੱਲ ਆਈਕਨ ਦਾ ਬਟਨ ਦਬਾਉਣਾ। ਸਾਡਾ ਕੰਮ ਹੈ ਨਵੀਂ ਨਵੀਂ ਯੂਨੀਕ ਯੂਨੀਕ ਚੀਜ਼ਾਂ ਲੈ ਕੇ ਆਉਣਾ ਤੁਹਾਡੇ ਵਾਸਤੇ, ਅਤੇ ਅਸੀਂ ਇੱਦਾਂ ਹੀ ਲਿਆਉਂਦੇ ਰਹਾਂਗੇ। ਤੁਸੀਂ ਸਾਨੂੰ ਐਪਰੀਸ਼ੀਏਟ ਕਰਦੇ ਰਹੋ, ਅਸੀਂ ਤੁਹਾਨੂੰ ਯੂਨੀਕ ਯੂਨੀਕ ਚੀਜ਼ਾਂ ਲਿਆ ਕੇ ਦਿੰਦੇ ਰਹਾਂਗੇ। ਧੰਨਵਾਦ ਜੀ, ਆਓ ਦੇਖਦੇ ਹਾਂ ਜੀ ਅੱਗੇ ਕਿੱਦਾਂ ਆਪਾਂ ਵੀਡੀਓ ਨੂੰ ਚਲਾਉਂਦੇ ਹਾਂ। ਹਾਂਜੀ ਦੋਸਤੋ, ਸਭ ਤੋਂ ਪਹਿਲਾਂ ਆਪਾਂ ਪੋਕਿਟ ਸਕੇਅਰ ਨੂੰ ਕਿਸ ਤਰੀਕੇ ਨਾਲ ਲਗਾਉਣਾ ਅਤੇ ਉਹਦਾ ਯੂਜ਼ ਕਿੱਥੇ ਕਿੱਥੇ ਹੁੰਦਾ। ਆਪਾਂ ਟਾਈ ਲਗਾਉਂਦੇ ਹਾਂ, ਟਾਈ ਦੇ ਨਾਲ ਮੈਚ ਕਰਕੇ ਆਪਾਂ ਨੂੰ ਪੋਕਿਟ ਸਕੇਅਰ ਨਾਲ ਮਿਲਦਾ ਜਦੋਂ ਆਪਾਂ ਮਾਰਕੀਟ ਤੋਂ ਪਰਚੇਜ਼ ਕਰਦੇ ਹਾਂ। ਅਤੇ ਸਭ ਤੋਂ ਪਹਿਲਾਂ ਤਰੀਕਾ ਆਪਾਂ ਦੱਸਣ ਜਾ ਰਹੇ ਹਾਂ, ਆਹ ਪੋਕਿਟ ਸਕੇਅਰ ਆਪਾਂ ਕੱਢ ਲਿਆ, ਇਹਨੂੰ ਆਪਾਂ 5-7 ਤਰੀਕੇ ਨਾਲ ਲਗਾ ਸਕਦੇ ਹਾਂ। ਮੈਂ ਤੁਹਾਨੂੰ ਦੱਸ ਦਿੰਦਾ ਵੀਡੀਓ ਦੇ ਵਿੱਚ ਡਿਟੇਲ ਦੇ ਵਿੱਚ। ਸਭ ਤੋਂ ਪਹਿਲਾਂ ਤਰੀਕਾ ਜਿਹੜਾ ਆਪਾਂ ਸਿੰਪਲ ਆ, 1 ਟਰਨ ਏ ਸੈਕਿੰਡ ਐਂਡ ਆ ਥਰਡ, ਇਹਨੂੰ 3 ਟਰਨ ਦੇ ਵਿੱਚ ਆਪਾਂ 3 ਲੇਅਰਸ ਬਣਾ ਲੈਣੀਆਂ। ਦੇਖ ਸਕਦੇ ਤੁਸੀਂ 3 ਲੇਅਰਸ ਨੂੰ ਆਪਾਂ ਇੱਦਾਂ ਕਰਕੇ ਆ ਫਰੀ ਹੋ ਗਿਆ, ਔਰ ਆਹ ਵਿੱਚ ਦੇ ਦਿੱਤਾ, ਦੇਖੋ 3 ਲੇਅਰ ਆਪਣਾ ਪਹਿਲਾ ਤਰੀਕਾ ਸਭ ਤੋਂ। ਅਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਲਗਾ ਸਕਦੇ ਹਾਂ। ਅਤੇ ਦੈਨ ਉਸ ਤੋਂ ਬਾਅਦ ਆਪਾਂ ਸੈਕਿੰਡ ਤਰੀਕਾ ਦੱਸਦਾ ਆਪਾਂ ਤੁਹਾਨੂੰ। ਸੈਕਿੰਡ ਬਿਲਕੁਲ ਸਿੰਪਲ ਹੈ, ਕੁਛ ਕਰਨਾ ਨਹੀਂ, ਹੱਥ ਰੱਖਿਆ, ਆਹ ਜਿਹੜਾ ਪੁੱਠਾ ਹਿੱਸਾ ਨਾ, ਜਿਹੜਾ ਇਹਦਾ ਪੁੱਠਾ ਹਿੱਸਾ, ਪੁੱਠਾ ਹਿੱਸਾ ਇੱਦਾਂ ਰੱਖਣਾ ਔਰ ਇਹਨੂੰ ਇਹਦਾ ਵਿੱਚ ਦੇ ਦੇਣਾ, ਅਤੇ ਇਹਦੇ 3 ਲੇਅਰ ਬਣ ਜਾਣਗੇ ਇਹਦੇ ਆਟੋਮੈਟਿਕ, 1, 2, 3, ਔਰ ਆਹ ਚੀਜ਼ ਆਪਣੀ ਨੁਕੀਲੀ ਹੋ ਜੂਗੀ। 3 ਲੇਅਰਸ ਨੂੰ ਆਪਾਂ ਇਹਦੇ ਵਿੱਚ ਆਪਾਂ ਫਿਰ ਦੁਬਾਰਾ ਦੇ ਦੇਣਾ, ਦੇਖੋ ਥ੍ਰੀ ਲੇਅਰਸ ਬਣ ਗਏ। 1, 2, 3, ਇਹਨੂੰ ਥੋੜ੍ਹਾ ਜਿਹਾ ਓਪਨ ਕਰਨਾ, ਓਪਨ ਕਰ ਸਕਦੇ ਹੋ, ਅਤੇ ਸਿੱਧਾ ਰੱਖਣਾ ਇਹਨੂੰ ਤੁਸੀਂ ਸਿੱਧਾ ਰੱਖ ਸਕਦੇ ਹੋ, ਤੁਹਾਡੀ ਮਰਜ਼ੀ ਆ, ਆਹ ਚੈੱਕ ਕਰ ਸਕਦੇ ਹੋ। ਆਪਣਾ ਸੈਕਿੰਡ ਤਰੀਕਾ ਆ ਆਪਾਂ ਪੋਕਿਟ ਸਕੇਅਰ ਨੂੰ ਕਿਸ ਤਰੀਕੇ ਨਾਲ ਲਗਾਉਣਾ, ਕਿਉਂਕਿ ਮੇਨਲੀ ਵੀਡੀਓ ਸਾਡੀ ਪੋਕਿਟ ਸਕੇਅਰ ਉੱਪਰ ਹੈ, ਕਿਉਂਕਿ ਆਪਾਂ ਪਹਿਲਾਂ ਟਾਈ ਅਤੇ ਐਸਕਟ ਦੇ ਉੱਪਰ ਵੀਡੀਓ ਬਣਾ ਚੁੱਕੇ ਹਾਂ, ਮੇਰਾ ਯੂਟਿਊਬ ਲਿੰਕ ਜਿਹੜਾ ਉਹਦੇ ਵਿੱਚ ਦੇ ਦਾਂਗੇ ਅਸੀਂ, ਤੋ ਚੈੱਕ ਕਰ ਲਿਓ। ਉਸ ਤੋਂ ਬਾਅਦ ਆਪਣਾ ਪੋਕਿਟ ਸਕੇਅਰ ਆ, ਪੋਕਿਟ ਸਕੇਅਰ ਦੇ ਆਪਾਂ 2 ਤਰੀਕੇ ਦੱਸਦੇ, ਹੁਣ ਤੀਸਰਾ ਤਰੀਕਾ ਤੁਹਾਨੂੰ ਦੱਸਦੇ ਹਾਂ। ਕੁਛ ਨਹੀਂ ਕਰਨਾ, ਇਹਨੂੰ ਕੱਢੋ, ਇਹਦਾ ਹੀ ਉਲਟਾ ਕਰ ਦਿਓ, ਆਹ ਸਿੱਧਾ ਕੱਢਿਆ ਹੀ ਆਪਾਂ, ਇਹਦਾ ਹੀ ਉਲਟਾ। ਮੈਂ ਦੁਬਾਰਾ ਬਣਾ ਕੇ ਦਿਖਾ ਦੇਣਾ ਇੱਕ ਸਿੰਪਲ ਵੇ ਦੇ ਨਾਲ, ਆਹ ਆ ਪੁੱਠਾ ਹਿੱਸਾ ਆਪਾਂ ਰੱਖਣਾ, ਇਹਨੂੰ ਕਵਰ ਕਰਨਾ, ਕਵਰ ਕਰਕੇ ਆਹ ਚੀਜ਼ ਆਪਣੀ ਫਲਾਵਰ ਦਾ ਤਰੀਕਾ ਬਣ ਜਾਂਦਾ। ਦੇਖੋ ਫਲਾਵਰ ਜਾਂ ਨੂੰ ਇਕੱਠਾ ਕਰੋ, ਇਕੱਠਾ ਕਰਕੇ ਅਤੇ ਆਹ ਇਹਦੇ ਵਿੱਚ ਦੇ ਦੇਣਾ ਆਪਾਂ, ਆਪਣੀ ਇਹ 3 ਲੇਅਰ ਆ, ਆਹ ਬਣ ਜਾਂਦੀ ਇਹਦੀ ਬੈਕ ਸਾਈਡ ਬਣ ਜਾਂਦੀ ਇਹਦੀ ਪੋਕਿਟ ਸਕੇਅਰ ਦੀ। ਇਸ ਤਰੀਕੇ ਨਾਲ ਆਪਾਂ 3 ਤਰੀਕੇ ਆਪਾਂ ਯੂਜ਼ ਕਰ ਸਕਦੇ ਹਾਂ। ਇਸ ਤੋਂ ਬਾਅਦ ਆਪਾਂ ਚੌਥਾ ਅਤੇ 5ਵਾਂ ਤਰੀਕਾ ਤੁਹਾਨੂੰ ਸਿਖਾਉਂਦੇ ਹਾਂ ਵੀ ਕਿਸ ਤਰੀਕੇ ਨਾਲ ਆਪਾਂ ਬਣਾ ਸਕਦੇ ਹਾਂ। ਹਾਂਜੀ, ਆਪਾਂ ਚੌਥਾ ਤਰੀਕਾ ਜਿਹੜਾ ਕਿਸ ਤਰੀਕੇ ਨਾਲ ਲਾਉਣਾ, ਆਹ ਚੈੱਕ ਕਰ ਸਕਦੇ ਹੋ। ਆਪਣਾ ਆਹ ਵੱਡਾ ਆ ਆਪਣਾ ਪੋਕਿਟ ਸਕੇਅਰ, ਕਿ ਆਹ ਅਲੱਗ ਅਲੱਗ ਤਰੀਕਿਆਂ ਦੇ ਮਾਰਕੀਟ 'ਚੋਂ ਮਿਲ ਸਕਦੇ ਤੁਹਾਨੂੰ। ਇਹਦੇ ਆਪਾਂ ਕੀ ਕਰਨਾ, ਬੈਕ ਹਿੱਸਾ ਲੈਣਾ, ਬੈਕ ਹਿੱਸੇ ਨੂੰ ਇੱਕ ਕੋਰਨਰ ਨਾਲ ਦੂਸਰੇ ਕੋਰਨਰ ਨਾਲ ਜੋੜ ਦੇਣਾ ਹੈ, ਆਹ ਦੇਖੋ ਠੀਕ ਹੈ, ਆਹ ਜੁੜ ਗਿਆ। ਹੁਣ ਇਹਨੂੰ ਇਹਦੇ ਨਾਲ ਜੋੜ ਦਿਓ, ਆਹ ਜੁੜ ਗਿਆ। ਹੁਣ ਇਸ ਤੋਂ ਬਾਅਦ ਹਾਫ ਇੱਥੋਂ ਅੰਦਰ ਕਰ ਦਿਓ, ਦੈਨ ਹਾਫ ਇੱਥੋਂ ਅੰਦਰ ਕਰ ਦਿਓ, ਔਰ ਆਹ ਵਾਪਸ ਅੰਦਰ ਕਰ ਦਿਓ। ਆਹ ਬਣ ਗਿਆ ਆਪਣਾ, ਦੇਖੋ ਕਿ ਬੈਕ ਸਾਈਡ ਦੇ ਵਿੱਚ ਸਾਰਾ ਅੰਦਰ ਦੇ ਦੇਣਾ, ਥੋੜ੍ਹਾ ਜਿਹਾ ਨੀਵਾ ਕਰ ਦੇਣਾ, ਔਰ ਆਪਣਾ ਚੌਥਾ ਤਰੀਕਾ ਜਿਹੜਾ ਆਹ ਬਣ ਗਿਆ ਜੀ। ਆਹ ਦੇਖੋ, ਇਹਨੂੰ ਥੋੜ੍ਹਾ ਜਿਹਾ ਨੀਵਾ ਕਰਨਾ, ਇਹਨੂੰ ਹੋਰ ਅੰਦਰ ਕਰ ਦਿਓ, ਨੀਵਾ ਕਰ ਦਿਓ ਤੋਂ ਭਾਵੇਂ ਕੋਈ ਚੱਕਰ ਨਹੀਂ, ਅਤੇ ਆਪਣਾ ਚੌਥਾ ਤਰੀਕਾ ਰੈਡੀ ਹੈ। 4 ਤਰੀਕੇ ਤੁਹਾਨੂੰ ਦੱਸਦੇ ਆ, 4 ਤਰੀਕੇ ਇਨਫ ਹੁੰਦੇ ਆ, ਬਟ ਇੱਕ ਹੋਰ ਤੁਹਾਨੂੰ ਤਰੀਕਾ ਦੱਸਾਂਗੇ, ਉਹ ਨਵੇਂ ਤਰੀਕੇ ਦੇ ਨਾਲ ਆਪਾਂ ਯੂਜ਼ ਕਰਦੇ ਹਾਂ, ਖਾਸ ਕਰ ਮੇਰਾ ਫੇਵਰੇਟ ਆ ਉਹ, ਮੈਂ ਖੁਦ ਉਸ ਤਰੀਕੇ ਨਾਲ ਲਗਾਉਂਦਾ ਹੁੰਦਾ। ਇਹਨੂੰ ਫਿਰ ਕੱਢਿਆ ਆਪਾਂ, ਆਹ ਸਿੱਧਾ ਹਿੱਸਾ ਆ, ਇਹਦੀ ਆਪਾਂ ਲੇਅਰ ਬਣਾਉਣੀ ਆ, ਫਸਟ ਐਂਡ ਸੈਕਿੰਡ ਐਂਡ ਆ ਥਰਡ, 3 ਲੇਅਰਾਂ ਬਣ ਗਈਆਂ, ਦੇਖੋ 3 ਲੇਅਰ ਬਣ ਗਈ। ਉਸ ਤੋਂ ਬਾਅਦ ਇਹਨੂੰ ਇੱਦਾਂ ਘੁਮਾ ਦਿਓ, ਬਸ ਇਹ ਨੋਰਮਲ ਤਰੀਕੇ ਨਾਲ ਇਹਨੂੰ ਇੱਦਾਂ ਘੁਮਾ ਦਿਓ ਵੀ ਤੁਹਾਡਾ ਜਿਹੜਾ ਚੀਜ਼ ਇਕੱਠੀ ਜਿਹੀ ਹੋ ਜਾਏ, ਹੈ ਨਾ, ਇਹ ਇਕੱਠੀ ਜਿਹੀ ਹੋ ਕੇ ਅਤੇ ਇਹਨੂੰ ਸਿੱਧਾ ਦੇਖੋ ਆ ਜਾ, ਇਹਨੂੰ ਇਕੱਠਾ ਕੀਤਾ ਇੱਦਾਂ, ਔਰ ਇਹਨੂੰ ਇੱਦਾਂ ਘੁਮਾ ਦਿਓ, ਘੁਮਾ ਕੇ ਅਤੇ ਇਹਦੇ ਵਿੱਚ ਦੇ ਦਿਓ ਆਪਾਂ, ਦੇ ਤਾਂ ਉਸ ਤੋਂ ਬਾਅਦ ਥੋੜ੍ਹੀ ਜਿਹੀ ਸੈਟਿੰਗ ਕਰਨੀ, ਇਹਨੂੰ ਖੋਲ੍ਹ ਦੇਣਾ ਇੱਦਾਂ ਕਰਕੇ, ਅੱਧ ਰੀ ਲੈਣ 1, 2 ਐਂਡ 3, ਇਹਨੂੰ ਡਾਊਨ ਕੀਤਾ ਥੋੜ੍ਹਾ ਜਿਹਾ, ਡਾਊਨ ਕਰਕੇ ਇਹਦੀ 3 ਲੇਅਰ ਅਪ ਕਰਤੀਆਂ, ਆਹ ਚੈੱਕ ਕਰੋ, ਇਹ ਆਹ ਚੀਜ਼ ਖਿੱਚਦੀ, 1, 2 ਐਂਡ 3, ਆਹ 3 ਲੇਅਰ ਹੋ ਗਈਆਂ। ਇਹ ਆਪਣੇ 5 ਤਰੀਕੇ ਸਨ, 5 ਤਰੀਕੇ ਦੇ ਨਾਲ ਆਪਣਾ ਪੋਕਿਟ ਸਕੇਅਰ ਜਿਹੜਾ ਆਪਾਂ ਬਣਾਇਆ।
पॉकेट स्केयर दे विच बनाया ते टाई दी वीडियो आप ऑलरेडी बना चुके हैं, पॉकेट स्केयर दी रेडी है। इस तो बाद आप न्यू वीडियो लियावांगे। तुसी दसो कमेंट करके आप किस टॉपिक के उपर वीडियो बनाइए, तो जल्दी जल्दी वीडियो जरूर शेयर कर दिया करो, तो बैल आइकन का बटन ते सबसक्राइब साडे चैनल जरूर कर दिया करो। ताडी इन्नी कृपा होएगी, तो नैक्सट वीडियो लैके बहुत जल्दी आवेंगे। धन्यवाद, सत श्री अकाल, शुभ खैर, ओके जी, बाय।